जज्बा ही इन्ना हुंदा कि तुहानू रात नू नींद भी नहीं आउंदी हैगी। मैं खुद मैं किसानी परिवार तो बिलोंग करती हूँ। मैं मानती हूँ कि तरना नहीं रहा हूँ, हूँ एक इनकलाब बन चुका है। साड़ी आने वाली पीढ़ियां एग्जाम्पल दी जा रही है कि हाँ थोड़े दादे थोड़े परदादे या थोड़े प्यो थोड़िया भैन सारे इस धरने पर बैठे सी, ते काश ये चीज़ इतिहास के पन्नों पर लिखी जाए कि हाँ असं इतने डटे बैठे सी ते असीं डोले नहीं है। असीं डेमोक्रेसी कंट्री च रह रहे हैं, जे असीं अपने प्राइम मिनिस्टर दे एक चंगी ओपोजिशन होनी बहुत जरूरी आ। जे असीं अपने प्राइम मिनिस्टर के खिलाफ बोलांगे तां असीं एंटी नैशनलिस्ट हो गए। बिल्कुल नहीं, बिल्कुल नहीं। प्रोटेस्ट करन आई हां, घरदिआं नूं वेल नहीं मिलिआ इस गल दे, तां मैं आई हां उस चीज़ ते प्रोटेस्ट करन। बहुत खुश सीगे, कहिंदे जाओ देखो की आ अपना भी की आ, अपने पॉइंट ऑफ व्यू रखो भी तुहानू किवें लगदा भी किवें आ, सारा ऑब्जर्व करो भी की कुछ चल रहा उत्थे उस दे अकॉर्डिंग भी। कदों इन्हां नूं इंसाफ कदों मिलूगा भी मिलना चाहीदा आ, इह हक आ साडा, इक इंसानियत दा हक आ, ते असीं उह चाहुंदे आ कि इह जल्दी तों जल्दी खत्म होवे। दिल्ली के अलग अलग बॉर्डर से चल रहे किसानी मोर्चे से पंजाब की तियां भी अपनी बिल्कुल योगदान दे रहे हैं। साढ़े नाल दो पंजाब की तियां मौजूद ने, गलबात करांगे की ना हो गया जी, किड़े वाले किस पासे तो आ रहे हो जी? असीं आ रहे हैं लुधियाने तो। लुधियाने तो? हाँ जी हाँ जी। ठीक है, ते कदों चले सीगे बाइक किस तरीके नाल इत्थे? असीं वैसे तो मेरा ये दूसरी बार आ रही हूँ मैं इत्थे, पर असीं कुछ क्योंकि जज्बा ही इन्ना हुंदा कि तुहानू रात नू नींद भी नहीं आती हैगी, तो असीं इत्थों लुधियाने तो 6 बजे असीं तुर पए सीगे। लुधियाने तो 6 बजे बाई कार। हाँ जी। ते तुहाडा की नाम हो गया जी? मेरा नाम सुनिधि है, ते मैं पंजाब लुधियाने तो बिलोंग करती हूँ। ਤੁਹਾਡੀ ਫੈਮਿਲੀ ਵੀ ਕਿਸਾਨੀ ਬੈਕਗ੍ਰਾਉਂਡ ਤੋਂ ਹੈ ਜੀ? ਨਹੀਂ, ਮੇਰੀ ਕਿਸਾਨੀ ਬੈਕਗ੍ਰਾਉਂਡ ਤੋਂ ਨਹੀਂ ਹੈ, ਵੀ ਸਰਕਾਰੀ ਜੌਬ ਕਰਦੇ ਨੇ ਮੇਰੇ ਮਦਰ ਅਤੇ ਫਾਦਰ ਵੀ। ਅੱਛਾ ਜੀ। ਅਤੇ ਪਰ ਆਪਾਂ ਫਿਰ ਵੀ ਕਿ ਹਾਂ ਕਿਸਾਨ ਸਾਨੂੰ ਅਸੀਂ ਇਹਨਾਂ ਤੋਂ ਹੀ ਖਾਂਦੇ ਹਾਂ, ਵੀ ਅਸੀਂ ਕੁਛ ਵੀ ਪਰਚੇਜ਼ ਕਰਦੇ ਹਾਂ, ਅਸੀਂ ਆਪਣਾ ਕਰਨਾ ਤਾਂ ਵੀ ਹੈ ਸਾਡੀ ਬੇਸਿਕ ਜ਼ਰੂਰਤ ਹੈ, ਉਹ ਕਿਸਾਨਾਂ ਥਰੂ ਹੁੰਦੀ ਆ, ਤਾਂ ਵੀ ਸਾਡਾ ਵੀ ਹੱਕ ਬਣਦਾ ਕਿ ਅਸੀਂ ਇਹਨਾਂ ਦੇ ਨਾਲ ਖੜੇ ਹੋਈਏ ਅਤੇ ਇਹਨਾਂ ਦੇ ਹੱਕ 'ਚ ਬੋਲੀਏ, ਵੀ ਸਾਡਾ ਵੀ ਹੱਕ ਆ ਉਸ 'ਚ। ਤੁਸੀਂ ਆਪਣੇ ਘਰੋਂ ਇਕੱਲੇ ਆਏ ਹੋ ਫਿਰ? ਹਾਂਜੀ, ਮੈਂ ਆਪਣੀ ਫਰੈਂਡ ਨਾਲ ਆਈ ਹਾਂ ਅਤੇ ਆਪਣਾ ਪ੍ਰੋਟੈਸਟ ਕਰਨ ਆਈ ਹਾਂ, ਘਰਦਿਆਂ ਨੂੰ ਵਿਹਲ ਨਹੀਂ ਮਿਲਿਆ ਇਸ ਗੱਲ ਦੇ, ਤਾਂ ਮੈਂ ਆਈ ਹਾਂ ਵੀ ਉਸ ਚੀਜ਼ 'ਤੇ ਪ੍ਰੋਟੈਸਟ ਕਰਨ। ਜਦੋਂ ਤੁਸੀਂ ਘਰੋਂ ਦੱਸਿਆ ਕਿ ਬਈ ਮੈਂ ਜਾ ਰਹੀ ਹਾਂ ਪ੍ਰੋਟੈਸਟ 'ਤੇ ਦਿੱਲੀ ਮੋਰਚੇ 'ਤੇ, ਹੈ ਨਾ, ਵੀ ਕਿਸਾਨ ਬੈਠੇ ਹੋਏ ਆ, ਅਤੇ ਘਰਦਿਆਂ ਦਾ ਕੀ ਰਿਐਕਸ਼ਨ ਸੀਗਾ? ਉਹ ਬਹੁਤ ਖੁਸ਼ ਸੀਗੇ, ਕਹਿੰਦੇ ਜਾਓ ਦੇਖੋ ਕੀ ਆ, ਆਪਣਾ ਵੀ ਕੀ ਆ, ਆਪਣੇ ਪੁਆਇੰਟ ਆਫ ਵਿਊ ਰੱਖੋ ਵੀ ਤੁਹਾਨੂੰ ਕਿਵੇਂ ਲੱਗਦਾ ਵੀ ਕਿਵੇਂ ਆ, ਸਾਰਾ ਓਬਜ਼ਰਵ ਕਰੋ ਵੀ ਕੀ ਕੁਛ ਚੱਲ ਰਿਹਾ ਉੱਥੇ ਉਸ ਦੇ ਅਕੋਰਡਿੰਗ ਵੀ ਜੋ ਵੀ ਆ ਵੀ ਸਾਰਾ ਕੁਛ ਵੀ ਉਸ ਦੇ। ਤੇ ਫਿਰ ਘਰੋਂ ਫਿਰ ਫੋਨ ਆਇਆ ਹੋਏਗਾ ਵੀ ਤੁਸੀਂ ਪਹੁੰਚ ਗਏ, ਕੀ ਕੁਛ ਐਕਸਪੀਰੀਅੰਸ ਹੋਇਆ, ਕੀ ਕੁਛ ਦੇਖ? ਉਹ ਵੀ ਦੇਖ ਕਹਿੰਦੇ ਨੇ ਵੀ ਹਾਂਜੀ ਕੀ ਹੋ ਰਿਹਾ, ਕੀ ਚੱਲ ਰਿਹਾ, ਕਿਵੇਂ ਹੋ ਰਿਹਾ, ਕਿਵੇਂ ਬੈਠੇ ਹੋਏ ਨੇ ਕਿਸਾਨ ਸਾਰੇ ਵੀ ਕਿਵੇਂ ਅੰਦੋਲਨ ਚੱਲ ਰਿਹਾ, ਉਹਨਾਂ ਨੂੰ ਵੀ ਦਿਖਾਇਆ, ਵੀਡੀਓ ਕਾਲ ਕੀਤੀ ਹੈ ਮੈਨੂੰ ਕਿ ਉਹਨਾਂ ਨਾਲ, ਉਹ ਵੀ ਬੜੇ ਖੁਸ਼ ਹੋਏ ਕਿ ਹਾਂ ਗਏ ਉਹ, ਵਧੀਆ ਗੱਲ ਆ ਅਤੇ ਬਸ। ਅਤੇ ਤੁਸੀਂ ਜਦੋਂ ਲੁਧਿਆਣੇ ਤੋਂ ਤੁਰੇ ਹੋਵੋਗੇ, ਹੈ ਨਾ, ਵੀ ਰਸਤੇ 'ਚ ਕਿਉਂਕਿ ਲਗਾਤਾਰ ਕਿਸਾਨ ਇਸ ਮੋਰਚੇ 'ਤੇ ਪਹੁੰਚ ਰਹੇ ਨੇ, ਅਲੱਗ ਅਲੱਗ ਤਸਵੀਰਾਂ ਤੁਸੀਂ ਵੀ ਦੇਖੀਆਂ ਹੋਣੀਆਂ ਆ, ਤੁਸੀਂ ਕਿਵੇਂ ਬਿਆਨ ਕਰਦੇ ਹੋ ਉਹਨਾਂ ਤਸਵੀਰਾਂ ਨੂੰ? ਵੀ ਉਹਨਾਂ ਨੂੰ ਦੇਖ ਕੇ ਵੀ ਐਂ ਲੱਗਦਾ ਵੀ ਦੇਖ ਲਓ ਕਿੰਨੇ ਚਿਰਾਂ ਤੋਂ ਬੈਠੇ ਹੁੰਦੇ, 4 ਮਹੀਨੇ ਹੋ ਗਏ ਇਹਨਾਂ ਨੂੰ ਬੈਠਿਆਂ ਨੂੰ, ਪਹਿਲਾਂ ਪੰਜਾਬ 'ਚ ਮੋਰਚਾ ਚੱਲਿਆ, ਫਿਰ ਚੱਲਿਆ, ਫਿਰ ਇੱਥੇ ਚੱਲਿਆ, ਵੀ ਕਦੋਂ ਇਹਨਾਂ ਨੂੰ ਇਨਸਾਫ ਕਦੋਂ ਮਿਲੂਗਾ, ਵੀ ਮਿਲਣਾ ਚਾਹੀਦਾ ਆ, ਇਹ ਹੱਕ ਆ ਸਾਡਾ, ਇੱਕ ਇਨਸਾਨੀਅਤ ਦਾ ਹੱਕ ਆ, ਅਤੇ ਅਸੀਂ ਉਹ ਚਾਹੁੰਦੇ ਹਾਂ ਕਿ ਇਹ ਜਲਦੀ ਤੋਂ ਜਲਦੀ ਖਤਮ ਹੋਵੇ ਅਤੇ ਇਹ ਸਾਰੇ ਕਿਸਾਨ ਜਿਹੜੇ ਲੋਸ ਨੇ ਪੂਰੇ ਸਾਡੇ ਹਿੱਤ ਦੇ ਵਿੱਚ ਹੋਣ। ਜਿੱਦਾਂ ਤੁਸੀਂ ਸਮਝ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਅਸੀਂ ਕਿਸਾਨੀ ਬੈਕਗ੍ਰਾਉਂਡ ਤੋਂ ਨਹੀਂ ਹੈਗੇ ਹਾਂ, ਫਿਰ ਵੀ ਸਮਝ ਰਹੇ ਹਾਂ ਕਿ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਠੀਕ ਨੇ, ਉਹਨਾਂ ਦੀ ਮੰਗਾਂ ਮੰਨੀਆਂ ਵੀ ਚਾਹੀਦੀਆਂ, ਅਤੇ ਤੁਹਾਨੂੰ ਕੀ ਲੱਗਦਾ ਸਰਕਾਰ ਕਿਉਂ ਨਹੀਂ ਸਮਝ ਰਹੀ ਇਹ ਗੱਲ? ਵੀ ਉਹਨਾਂ ਨੂੰ ਕਿਸਾਨ ਸਰਕਾਰ ਦੀ ਵੀ ਇੱਕ ਗੱਲ ਤਾਂ ਇਹ ਆ ਵੀ ਉਹਨਾਂ ਨੂੰ ਇਹ ਆ ਜੀ ਅਸੀਂ ਇਹਨਾਂ ਦੀ ਵੀ ਗੱਲ ਮੰਨਾਂਗੇ, ਹੋਰ ਵੀ ਪ੍ਰੋਟੈਸਟ ਵੀ ਬਹੁਤ ਨੇ ਵੀ ਇਹ ਵੀ ਆ, ਪਰ ਇਹ ਸਾਰਿਆਂ ਨਾਲੋਂ ਵੱਡਾ ਮੁੱਦਾ ਆ ਅਤੇ ਇਹ ਤਾਂ
सरकार नूं मनना चाहिए, यह तो बहुत जरूरी आ भी ता ही एडा वड्डा अंदोलन हो रहा, नहीं तो यह होना नहीं सीगा जे इन्ना वड्डा ना हुंदा है, वड्डा ना हुंदा तो यह इन्ना वड्डा नहीं हुंदा किंदे चलता आ रहा, एवं थोड़ा चलता आ रहा किसी मकसद ले ही चलता आ रहा है ना। तुसीं किसानी झंडा भी लाया होया जी है? मैं मानती हाँ, मैं खुद मैं किसानी परिवार तो बिलोंग करती हूँ, मैं मानती हूँ कि धरना नहीं रहा हूँ, एक इनकलाब बन चुका है, साड़ी आने वाली पीढ़ियों को एग्जाम्पल दी जा रही है कि हाँ थोड़े दादे थोड़े परदादे या थोड़े प्यो थोड़िया भैन सारे इस धरने पर बैठे सी, ते काश ये चीज़ इतिहास के पन्नों पर लिखी जाए कि हाँ असं इतने डटे बैठे सी ते असीं डोले नहीं है। मैं सिर्फ इन्ना कहना चाहूँगी कि जिते आप पे हाँ बस थोड़ी हिम्मत होर दिखाओ, सबर होर करो, थोड़ा सबर होर दिखाओ। नौजवान जो गल करते हैं तो भी वह तो यही कहते भी असं इतिहास पढ़ते होंगे सके है ना, भी इतिहास पढ़ रहे हैं कि यह कुछ होया है, लेकिन इतने तो हर रोज़ एक इतिहास लिखा जा रहा है। जो आप पता नहीं मैं हूँ देखिया कि इन्नी नफरत पैदा हो चुकी है ना लोगों च कि जो भी असं बोलते हाँ असं एक डेमोक्रेसी कंट्री से रह रहे हैं, जो असं अपने प्राइम मिनिस्टर के एक चंकी ओपोजिशन होनी बहुत जरूरी आ, जो असं अपने प्राइम मिनिस्टर के खिलाफ बोलेंगे तो असं एंटी नैशनलिस्ट हो गए, बिल्कुल नहीं बिल्कुल नहीं। ये चीज़ में तो जड़ी चीज़ है ये सानू जेडे लोग ने मोदी भगत ने यह सानू साडे च इन्नी नफरत पैदा कर चुके ने कि वह प्यार रहा नहीं कितने, पर देख रहे इतने सारे पंजाब सी पंजाब हरियाणा जी इदा इदा नफरत देखो कितने इतने नफरत, मैं तो कितने नहीं दिख रही नफरत दिख रही है, सारे इकट्ठे हुए ने तो इन्ना जज्बा दिख रहा ना मैनू। मतलब कि अज अगर कोई सरकार के खिलाफ बोलता है, सरकार की गलत नीतियों के खिलाफ बोलता है तो उन्होंने देशद्रोही का टैग दे दिया जी, बिल्कुल बिल्कुल दे दिता जाता, क्योंकि ये डेमोक्रेसी नहीं रही ये डिक्टेटरशिप बन चुकी है, मैं यही चीज़ मानती हूँ। ਤੁਸੀਂ ਵੀ ਜਦੋਂ ਘਰੋਂ ਤੁਰੇ ਤੁਸੀਂ ਦੱਸਿਆ ਤੁਸੀਂ ਫੈਮਿਲੀ ਦੇ ਨਾਲ ਪਹੁੰਚੇ ਇੱਥੇ? ਮੈਂ ਜੀ ਹਾਂਜੀ ਫੈਮਿਲੀ ਨਾਲ ਆਈ ਹੋਈ ਹਾਂ, ਪਾਪਾ ਨਾਲ ਆਈ ਹੋਈ ਹਾਂ ਇੱਥੇ, ਮੈਂ ਮੰਮੀ ਨਾਲ ਆਏ ਆ, ਦਾਦੀ ਮਾਂ ਵੀ ਆਏ ਹੋਏ। ਅਲੱਗ ਅਲੱਗ ਰੰਗ ਦੇਖੇ ਹੋਣੇ ਹੈ ਨਾ ਵੀ ਰਸਤੇ 'ਚ ਵੀ ਅਲੱਗ ਜਜ਼ਬਿਆਂ ਦੀ ਤਸਵੀਰ ਦੇਖੀ ਹੋਣੀ ਕਿਉਂਕਿ ਲੋਕ ਇੱਥੇ ਸਾਈਕਲ 'ਤੇ ਵੀ ਪਹੁੰਚ ਰਹੇ ਨੇ, ਤੁਸੀਂ ਕਿਵੇਂ ਬਿਆਨ ਕਰਦੇ ਹੋ ਉਹਨਾਂ ਤਸਵੀਰਾਂ? ਮੈਂ ਉਹਦੇ ਜਜ਼ਬੇ ਨੂੰ ਦਾਦ ਦਿੰਦੀ ਹਾਂ ਕਿ ਲੱਗੇ ਰਹੋ ਹਟਿਓ ਨਾ, ਬਸ ਮੰਜ਼ਿਲ ਥੋੜ੍ਹੀ ਦੂਰ ਆ। ਇੱਥੇ ਵੀ ਤੁਸੀਂ ਪਹੁੰਚੇ ਹੋ ਅਤੇ ਜਿੱਦਾਂ ਤਸਵੀਰਾਂ ਸੇਵਾ ਦੀ ਦੇਖ ਰਹੇ ਹਾਂ, ਨੌਜਵਾਨ ਵੀ ਸੇਵਾ ਕਰ ਰਹੇ ਅਤੇ ਬਜ਼ੁਰਗ ਵੀ ਪੂਰੀ ਸੇਵਾ ਕਰ ਰਹੇ ਨੇ, ਹਰੇਕ ਨੌਜਵਾਨ ਬਜ਼ੁਰਗ, ਮੈਂ ਨੌਜਵਾਨ ਹੀ ਕਹਿਣਾ ਚਾਹੂੰਗੀ, ਨੌਜਵਾਨ ਇਹ ਸੋਚ ਰਿਹਾ ਕਿ ਮੈਂ ਕੁਛ ਅੱਛਾ ਕਰਾਂ ਮੇਰੇ ਤੋਂ ਗਲਤੀ ਨਾ ਹੋ ਜਾਏ ਕਿਸੇ ਵੀ ਪੱਖੋਂ, ਸਾਰੇ ਨੌਜਵਾਨ ਦੇਖ ਰਹੇ। ਮੈਂ ਇਹ ਮਹਿਸੂਸ ਕਰ ਰਹੀ ਸੀ ਕਿ ਪੰਜਾਬ ਦੀ ਪੱਗ ਪੈ ਗਈ ਸੀ ਪਰ ਇਹ ਮੋਰਚੇ ਨੇ ਪੰਜਾਬ ਦੀ ਪੱਗ ਸੰਭਾਲਤੀ, ਮੈਂ ਮੰਨਦੀ ਹਾਂ ਚੀਜ਼। ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਲਈ। ਸੋ ਇਹ ਪੰਜਾਬ ਦੀ ਉਹ ਬੇਟੀਆਂ ਨੇ ਜਿਹੜੇ ਕਿ ਮੋਰਚੇ 'ਤੇ ਡਟੀਆਂ ਹੋਈਆਂ ਨੇ ਅਤੇ ਇਹਨਾਂ ਦੇ ਹੌਸਲਿਆਂ ਨੂੰ ਸਲਾਮ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਇੱਥੇ ਡਟੀਆਂ ਨੇ ਅਤੇ ਬਿਆਨ ਕਰ ਰਹੀਆਂ ਨੇ ਕਿ ਪੰਜਾਬ ਇੱਕ ਵੱਡੇ ਮੋਰਚੇ 'ਤੇ ਅਤੇ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਇਸ ਮੋਰਚੇ 'ਤੇ ਅਸੀਂ ਵੀ ਪਹੁੰਚੀਏ ਅਤੇ ਇਸ ਕਿਸਾਨੀ ਮੋਰਚੇ 'ਤੇ ਆਪਣਾ ਯੋਗਦਾਨ ਪਾਈਏ। ਤੁਸੀਂ ਤਾਂ ਮੀਡੀਅਮ ਦੇ ਨਾਲ ਜੁੜੇ ਰਹੋ, ਇਸੇ ਤਰੀਕੇ ਦੇ ਨਾਲ ਕਿਸਾਨੀ ਮੋਰਚੇ ਦੀ ਅਲੱਗ ਅਲੱਗ ਤਸਵੀਰਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ। ਧੰਨਵਾਦ। ਸਾਡੇ ਨਾਲ ਜੁੜੇ ਰਹਿਣ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਫੇਸਬੁੱਕ ਪੇਜ ਨੂੰ ਫੋਲੋ।